सत श्री अकाल, वेलकम ऑल ऑफ यू इन टर्शन द पैग। जो 2016 की शुरुआत हुई सी, मैं थोनू कहा सी कि जे तुसी इदां ही सानू प्यार इदां ही सपोर्ट करदे रहे ते असी बॉलीवुड दे सारे टॉप मोस्ट आर्टिस्ट नू अपने शो टर्शन द पैग विच लैके आवांगे। ते तुसी बहुत सारा सपोर्ट कीता, बहुत सारा प्यार दिता, बहुत सारियां दुआवां दित्तियां ते ऑलमोस्ट सारे बॉलीवुड दे आर्टिस्ट टर्शन द पैग विच आ गए ने। ते जिहड़े रह गए ने उहनां नू वी असी जल्दी तो जल्दी टर्शन द पैग विच लैके आवांगे। सो इदां ही प्यार दिंदे रहो। पर हुण इक नागणी वाला बाई है, पंजाब दे बहुत घेंट सिंगर ने, तो वो साडा इंतजार कर रहे हैं। तो इंतजार करना ते करवाना दोनों गलत गल्लां ने। आ रहे हो फिर चलिए। मैं खड़ा जी चुन्नी पिंड दे लागे ते भरोसे योग सूत्रां दी मदद नाल अज असीं फड़े ने तीन ऐसे ट्रैक्टर जो ने अंग्रेजां वेले दे। आ जाओ दिखाउणा। नंबर एक, नंबर दो, नंबर तीन। हुण मेरे दिमाग च दो सवाल कि ये ट्रैक्टर इत्थे कर की रहे ने, इन्हां ट्रैक्टरां नूं इत्थे लै के कौन आया। इन्हां दो सवालों के जवाब देने लई अज साडे शो च असीं बुलाया एक्सपर्ट वड्डा गरेवाल जी। वड्डा गरेवाल जी पेश कीते जाण। ओ जी पेश है वड्डा गरेवाल जी। सत श्री अकाल। सत श्री अकाल जी। गरेवाल जी, एक असीं दिक्कत च फस गए। हाँ जी। सानूं पता लग्गिया खुफिया सूत्रों तों कि इत्थे तीन ट्रैक्टर पाए गए सी। हाँ जी। ते इह तीन ट्रैक्टर इत्थे लै के कौन आया ते इत्थे तीन ट्रैक्टर कर की रहे ने, इह दसण लई थोनूं बुलाया। इह तुसीं किसे नूं दसणा नहीं। वैसे ਕਿਸੇ ਨੂੰ ਨਹੀਂ ਦੱਸਣਾ ਇਹ ਟਰੈਕਟਰ ਇੱਥੇ ਛੱਡ ਕੇ ਗਏ ਨੇ ਅੰਗਰੇਜ਼। ਅੱਛਾ, ਇਹ ਟਰੈਕਟਰ ਅੰਗਰੇਜ਼ ਛੱਡ ਕੇ ਗਏ। ਫੇਰ ਉੱਚੀ ਬੋਲਤਾ। ਅੱਛਾ ਸੌਰੀ, ਇਹ ਟਰੈਕਟਰ ਅੰਗਰੇਜ਼ ਛੱਡ ਕੇ ਗਏ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ। ਅੱਛਾ, ਇੱਥੇ ਕੌਣ ਲੈ ਕੇ ਆਇਆ, ਇਹ ਖੇਤਾਂ 'ਚ ਕੌਣ ਲੈ ਕੇ ਆਇਆ? ਇਹ ਵੀ ਕਿਸੇ ਨੂੰ ਨਹੀਂ ਦੱਸਣਾ। ਅੱਛਾ, ਇਹ ਇੱਥੇ ਟਰੈਕਟਰ ਲੈ ਕੇ ਆਇਆ ਜਸ਼ਨ ਨੰਨੜਾ। ਕੌਣ ਲੈ ਕੇ ਆਇਆ? ਜਸ਼ਨ ਨੰਨੜਾ। ਜਸ਼ਨ ਨੰਨੜ, ਉਹ ਤਾਂ ਵੀਡੀਓ ਬਣਾਉਂਦੇ ਡਾਇਰੈਕਟਰ ਜਿਹੜੇ। ਹਾਂ, ਉਹ ਲੈ ਕੇ ਆਏ ਨੇ। ਹਾਂ, ਫੇਰ ਉੱਚੀ ਬੋਲਤਾ। ਅੱਛਾ, ਕਿਉਂ ਉਹ ਕਿਉਂ ਲੈ ਕੇ ਆਏ ਨੇ? ਇੱਥੇ ਸ਼ੂਟ ਚੱਲ ਰਿਹਾ ਰੇਸ਼ਮ ਅਨਮੋਲ ਜੀ ਦਾ। ਨਾ ਉਹ ਜਿਹੜਾ ਬਾਈ ਸੀ ਜਿਹੜਾ ਉਹ ਜਿਹਦੇ ਦੋ ਤਿੰਨ ਵਾਰੀ ਨਾਗਣੀ ਗਾਣਾ ਆਇਆ। ਹਾਂ, ਅੱਛਾ ਨਾਗਣੀ ਤੁਹਾਡਾ ਵੀ ਆਇਆ ਤੇ ਉਹਨਾਂ ਦਾ ਵੀ ਆਇਆ। ਹਾਂ, ਆਪਣਾ ਨਾਗਣੀ ਹੋਰ ਸੀ, ਉਹਨਾਂ ਦਾ ਨਾਗਣੀ ਹੋਰ ਸੀ, ਦੋਨਾਂ ਨਾਗਣੀਆਂ 'ਚ ਬਹੁਤ ਫਰਕ ਸੀ। ਮਤਲਬ ਇਹ ਟਰੈਕਟਰ ਇੱਥੇ ਜਸ਼ਨ ਨੰਨੜ ਲੈ ਗਿਆ, ਰੇਸ਼ਮ ਅਨਮੋਲ ਹੀ ਲੈ ਕੇ ਆਏ ਨੇ। ਕਿਉਂ? ਕਿਉਂਕਿ ਉਹਨਾਂ ਦਾ ਗਾਣੇ ਦਾ ਸ਼ੂਟ ਚੱਲ ਰਿਹਾ। ਹਾਂ, ਹੌਲੀ ਹੌਲੀ। ਅੱਛਾ, ਕਿਸੇ ਨੂੰ ਦੱਸਣਾ ਨਹੀਂ, ਪਰ ਗਾਣੇ ਦੇ ਸ਼ੂਟ 'ਚ ਟਰੈਕਟਰਾਂ ਦਾ ਕੀ ਕੰਮ ਹੈ? ਉਹ ਵੀ ਅੰਗਰੇਜ਼ਾਂ ਵਾਲੇ ਸੀ। ਹੈ ਅੱਛਾ, ਖੇਤਾਂ ਵਾਲਾ। ਖੇਤਾਂ 'ਚ ਟਰੈਕਟਰਾਂ ਦੀ ਲੋੜ ਪੈਂਦੀ ਹੈ। ਅੱਛਾ, ਤੇ ਤੁਸੀਂ ਮੈਨੂੰ ਲੈ ਕੇ ਚੱਲੋਗੇ ਜਸ਼ਨ ਨੰਨੜ ਕੋਲ? ਚਲੋ, ਠੀਕ ਹੈ, ਚਲੋ। ਦੱਸਿਓ ਨਾ ਕਿਸੇ ਨੂੰ। ਨਹੀਂ ਦੱਸਿਓ। ਚੱਲ ਬਾਈ, ਬਾਕੀ ਗੱਲਾਂ ਦੀਆਂ ਗੱਲਾਂ ਮੈਨੂੰ ਵੱਡੇ ਵੀਰੇ ਨੇ ਦੱਸਿਆ, ਕਹਿੰਦੇ ਆ ਜਿਹੜੇ ਤਿੰਨ ਟਰੈਕਟਰ ਬਾਹਰ ਵਾਲੇ ਤੁਸੀਂ ਲੈ ਕੇ ਆਏ ਖੇਤਾਂ 'ਚ? ਇਹ ਲੈ ਕੇ ਬਹੁਤ ਆਏ ਔਖੇ। ਇਹ ਤਾਂ ਇੱਕ ਤਾਂ ਚੱਲਦੇ ਵਾਲੇ ਸਲੂਨ ਹੈਗੇ। ਕੱਲ 8 ਵਜੇ ਦੇ ਅਸੀਂ ਇਹਨਾਂ ਨੂੰ ਲੈਣ ਲੱਗੇ ਹੋਏ ਹੈਗੇ। ਉਦੋਂ ਦੇ ਵਾਰੀ 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 ਕਰਕੇ ਅੱਜ ਸਵੇਰੇ ਮਸਾ ਵਾ। ਤੇ ਮੈਨੂੰ ਵੱਡੇ ਵੀਰ ਨੇ ਦੱਸਿਆ, ਕਹਿੰਦੇ ਰੇਸ਼ਮ ਮੋਲ ਜੀ ਬਹੁਤ ਤੰਗ ਕਰ ਰਹੇ ਨੇ। ਵੱਡੇ ਨੂੰ ਤੰਗ ਕਰ ਰਹੇ ਨੇ? ਨਹੀਂ, ਵੱਡੇ ਨੂੰ ਨਹੀਂ, ਤੁਹਾਨੂੰ ਕਰ ਰਹੇ ਨੇ। ਨਹੀਂ, ਅਸੀਂ ਤੰਗ ਹੋਣ ਵਾਲੇ ਨਹੀਂ। ਅੱਛਾ, ਇਹਨਾਂ ਨੇ ਦੱਸਿਆ, ਕਹਿੰਦੇ ਹੋਰ ਵੀ ਬੜੇ ਵੱਡੇ ਵੱਡੇ ਤੁਸੀਂ ਐਕਟਰ ਲਏ ਹੋਏ ਨੇ। ਜੀ ਜੀ। ਕੌਣ ਕੌਣ ਜੀ? ਵੱਡੇ ਦੇ ਫਾਦਰ ਸਾਹਿਬ ਦਾ ਰੋਲ ਕਰ ਰਹੇ ਨੇ ਹਰਦੀਪ ਗੱਲ ਜੀ। ਅੱਛਾ, ਜੀਤ ਬਰਿਆੜ ਹਨਾ ਮਿੱਟੀ ਫਿਲਮ 'ਚ ਬਹੁਤ ਸੋਹਣੇ ਆਰਟਿਸਟ ਨੇਗੇ ਤੇ ਨਾਲ। ਅੱਛਾ, ਵੱਡਾ ਵੀਡੀਓ 'ਚ ਹੈਗਾ
ਅੱਛਾ ਵੀਡੀਓ ਚ ਮੇਨ ਆ ਵੱਡੇ ਤੋਂ ਵੀਡੀਓ ਸ਼ੁਰੂ ਹੋ ਰਹੀ ਆ ਅੱਛਾ ਦੇਖ ਲਓ ਜੀ ਸਾਨੂੰ ਦੱਸਿਆ ਨਹੀਂ ਸਾਨੂੰ ਬਸ ਇਹੀ ਦੱਸਿਆ ਹੋਇਆ ਕਿ ਟਰੈਕਟਰ ਕਿਉਂ ਨੇ ਕੌਣ ਕਰ ਰਿਹਾ ਕਿਉਂ ਲੈ ਕੇ ਆਇਆ ਕਿਉਂ ਲੈ ਕੇ ਆਇਆ ਤੁਹਾਡੇ ਆਉਣ ਤੋਂ ਬਾਅਦ ਡਿਸਾਈਡ ਹੋਇਆ ਮੌਕੇ ਤੇ ਹੋਇਆ ਹਾਂ ਮੌਕੇ ਤੇ ਉਹ ਕਹਿੰਦੇ ਵੀ ਮੈਂ ਤੁਹਾਡੇ ਲਈ ਲੱਕੀ ਆ ਕਿ ਜਦੋਂ ਮੈਂ ਐਂਟਰ ਹੋਇਆ ਉਦੋਂ ਨਾਲ ਹੀ ਤੁਹਾਡਾ ਐਂਟਰ ਟਸ਼ਨ ਟਸ਼ਨ ਮੇਰੇ ਲਈ ਲੱਕੀ ਆ ਟਸ਼ਨ ਦਾ ਪੈਗ ਮੇਰੇ ਲਈ ਲੱਕੀ ਆ ਅਸੀਂ ਤਾਂ 10ਵੀਂ ਦਿਹਾੜੀਆਂ ਗਏ ਉਹਦੇ ਪੁਰਾਣੇ ਅੱਛਾ ਕੀ ਕਰ ਕੀ ਰਹੇ ਹੋ ਤੁਸੀਂ ਅਸੀਂ ਜੀ ਉਹਦੇ ਦੋਸਤ ਆ ਜੀ ਦੇਸੀ ਦਾਰੂ ਤੇ ਇਹਨੂੰ ਕੱਢਦੇ ਫੜੇ ਗਏ ਨੇ ਰੇਸ਼ਮ ਭਾਜੀ ਭਾਈ ਸਤਿ ਸ਼੍ਰੀ ਅਕਾਲ ਜੀ ਭਾਜੀ ਕੀ ਚੱਕਰ ਕੀ ਹੈ ਤੁਸੀਂ ਚਾਹੁੰਦੇ ਕੀ ਹੋ ਮੈਂ ਕੁਝ ਨਹੀਂ ਚਾਹੁੰਦਾ ਜੀ ਗਾਣਾ ਆ ਰਿਹਾ ਜੀ ਨਵਾਂ ਉਹਦੀ ਤਿਆਰੀ ਚੱਲਦੀ ਹੈ ਤੇ ਪਹਿਲਾਂ ਦੇਖੋ ਤਿੰਨ ਟਰੈਕਟਰ ਲਾਏ ਤੁਸੀਂ ਹਨਾ ਅੰਗਰੇਜ਼ਾਂ ਦੇ ਵੇਲੇਆਂ ਦੇ ਹਾਂਜੀ ਹਾਂਜੀ ਉਹ ਵੀ ਖੇਤਾਂ 'ਚ ਲੈ ਖੜਾਤੇ ਫਿਰ ਉੱਥੋਂ ਤੁਸੀਂ ਆਪ ਜੈਂਕੇ ਬਣੇ ਹੋਏ ਹੋ ਗਾਣਾ ਦੇਸੀ ਹੈ ਉੱਥੋਂ ਸਾਰਾ ਗੁਰਪਾਲ ਨੂੰ ਬੁਲਾ ਲਿਆ ਤੁਸੀਂ USA ਤੋਂ ਉੱਥੋਂ ਵੱਡਾ ਗਰੇਵਾਲ ਜੀ ਪਿੱਛੇ ਖੜੇ ਨੇ ਉੱਥੋਂ ਜਸ਼ਨ ਨੰਨੜ ਜੀ ਵੀਡੀਓ ਬਣਾ ਰਹੇ ਨੇ ਕੀ ਚਾਹੁੰਦੇ ਹੋ ਤੁਸੀਂ ਮੈਂ ਐਕਚੁਅਲੀ ਚਾਹਣਾ ਕਿ ਲੋਕੀ ਇੰਜੋਏ ਕਰਨ ਐਂਟਰਟੇਨਮੈਂਟ ਹੋਵੇ ਅੱਛਾ ਉੱਤੋਂ ਤੁਸੀਂ ਪੱਠੀ ਲਾਈ ਪਈ ਆ ਦੇਖੋ ਪੱਠੀ ਇਹਨੇ ਲਾਈ ਹੈ ਇਹਨੇ ਵੱਡਾ ਐ ਨਹੀਂ ਕਰ ਵੱਡਾ ਐ ਕਰ ਨਾ 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 ਪੱਠੀ ਮੈਂ ਲਾਈ ਆ ਪਰ ਬਈ ਮੈਂ ਤਾਂ ਪਿੱਛੇ ਖੜਾ ਵੀ ਜੇ ਦੁਖੀ ਕਰੂ ਵਾਲਾ ਤਾਂ ਮੈਂ ਟੰਬਾ ਜਦੀ ਮਾਰ ਅੱਛਾ ਆਲਰਾਈਟ ਅੱਛਾ ਭਾਜੀ ਗਾਣਾ ਬਹੁਤ ਕੈਂਟ ਆ ਜੀ ਮੈਂ ਚਾਹੁੰਦਾ ਕਿ ਉਹਨਾਂ ਨੇ ਨਹੀਂ ਸੁਣਿਆ ਉਹਨਾਂ ਨੂੰ ਵੀ ਸੁਣਾਓ ਇੱਕ ਵਾਰ ਤੁਸੀਂ ਹਾਂਜੀ ਗਾਣਾ ਯਾਰ ਬੇਲੀ 10ਵੀਂ ਚ ਸਾਨੂੰ ਫਾਰਮੂਲੇ ਜੱਟਾਂ ਨੂੰ ਤੰਗ ਬਹੁਤ ਕਰਦੇ ਆ ਮੈਥ ਵਾਲੇ ਨਰਿੰਦਰ ਬਾਠਵੀਰ ਨੇ ਲਿਖਿਆ ਦੇਸੀ ਕਰੂ ਦਾ ਮਿਊਜ਼ਿਕ ਆ ਉਹ ਲੈ ਲੈ ਤੁਹਾਡੀ ਨਜ਼ਰ ਕਰਦਾ ਹਾਂ 10ਵੀਂ ਚ ਮੈਥ ਵਾਲੇ ਫਾਰਮੂਲੇ ਮਾਰ ਗਏ ਵੈਲੀਆਂ ਨੂੰ ਯਾਰਾਂ ਦੇ ਨਿਉਂ ਦੇ ਚੁੱਲੇ ਮਾਰ ਗਏ ਉਹ ਖੇਤੀਬਾੜੀ ਜੋਗੇ ਵੀ ਪਤਾ ਨਹੀਂ ਛੱਡਣੇ ਆਈ ਬਰੋ ਦਾ ਜੋੜਾ ਤਲਵਾਰਾਂ ਨੰਗੀਆਂ ਤੇਰੇ ਪਿੰਡ ਠੇਕੇ ਉੱਤੇ ਪੈਲੀ ਜੱਟ ਦੀ ਡੋਨੀਆਂ ਗਲੀ ਚ ਜਾਣ ਜਾਣ ਮੰਜੀਆਂ ਨੀ ਤੇਰੇ ਪਿੰਡ ਠੇਕੇ ਉੱਤੇ ਪੈਲੀ ਜੱਟ ਦੀ ਡੋਨੀਆਂ ਗਲੀ ਚ ਜਾਣ ਜਾਣ ਮੰਜੀਆਂ ਟਸ਼ਨ ਦਾ ਪੈਗ ਇਹਦਾ ਪੈਗ ਕਦੇ ਲਵਾਇਆ ਨੀ ਇਹਨੇ ਤਾਂ ਕਰਕੇ ਅਸੀਂ ਪੱਠੀ ਲਾਈ ਆ ਵੀ ਤੇ ਟਸ਼ਨ ਦੇ ਪੈਗ ਵਾਲਿਆਂ ਨੂੰ ਪੈਗ ਉਰੋਂ ਲਵਾ ਕੇ ਕਿਉਂ ਨੀ ਲਵਾਉਂਦੇ ਤੁਸੀਂ ਪੈਗ ਸਾਡਾ ਪੈਗ ਇਹ ਵਾਲਾ ਪੈਗ ਨਹੀਂ ਨਾ ਸਾਡਾ ਪੰਜਾਬੀ ਐਂਟਰਟੇਨਮੈਂਟ ਦਾ ਗਿਆਨ ਅਸੀਂ ਗਿਆਨ ਦਿੰਦੇ ਆ ਇਹ ਵਾਲਾ ਪੈਗ ਨਹੀਂ ਦਿੰਦੇ ਨਹੀਂ ਸਾਡਾ ਵੀ ਗਿਆਨ ਹੈ ਐਂਟਰਟੇਨਮੈਂਟ ਦਾ ਗਿਆਨ ਇਹ ਕਿਹੜਾ ਗਿਆਨ ਹੈ ਨਹੀਂ ਇਹ ਨਕਲੀ ਹੈ ਨਕਲੀ ਇਹ ਅਜੇ ਨਕਲੀ ਹੈ ਅਗਲੀ ਜਗ੍ਹਾ ਕੰਮ ਦੀ ਹੈਗੀ ਜੇ ਕੰਮ ਦੀ ਹੋਈ ਲੈ ਕੇ ਬਾਈ ਅਸੀਂ ਹੁਣੇ